ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੇ ਦੋ ਚੇਨ ਝਪਟਮਾਰਾਂ ਨੂੰ ਕਾਬੂ ਕੀਤਾ ਹੈ। ਮੰਡੀ ਗੋਬਿੰਦਗੜ੍ਹ ਪੁਲਿਸ ਦੇ ਥਾਣਾ ਪ੍ਰਭਾਰੀ ਸਬ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਇੱਕ ਔਰਤ ਦੇ ਗਲ ਵਿੱਚੋਂ ਸੋਨੇ ਦੀ ਚੇਨ ਝਪਟੀ ਸੀ ਅਤੇ ਫਰਾਰ ਹੋ ਗਏ ਸਨ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਇਹਦੇ ਜੀ ਮਿਤੀ 18/5/18 ਦੀ ਗੱਲ ਹੈ ਜੀ। ਪ੍ਰਵੀਨ ਕੁਮਾਰ ਗੁਪਤਾ ਹੈਗੇ ਸ਼ਾਸਤਰੀ ਨਗਰ ਦੇ ਅਤੇ ਉਹ ਅਤੇ ਉਹਨਾਂ ਦੀ ਮਾਤਾ ਪੁਸ਼ਪ ਲਤਾ ਜੀ ਉਹ ਸ਼ਾਮ ਟਾਈਮ ਨਾਲ ਕਿਤੇ ਖੜ੍ਹੇ ਸੀਗੇ ਆਪਣੇ ਘਰ ਦੇ ਮੂਹਰੇ ਜਿਵੇਂ ਬੰਦੇ ਹਵਾ 'ਚ ਖੜ੍ਹੇ ਜਾਂਦੇ ਨੇ ਅਤੇ ਮੋਟਰਸਾਈਕਲ 'ਤੇ ਆਏ ਦੋ ਨੌਜਵਾਨ ਅਤੇ ਉਹਦੀ ਮਾਤਾ ਦੀ ਚੈਨ ਹੀ ਲੈ ਗਏ ਚੱਪ ਮਾਰ ਕੇ ਲੈ ਗਏ ਸੀਗੇ ਅਤੇ ਉਹਦੇ ਰਿਗਾਰਡਿੰਗ ਅਸੀਂ ਮੁਕੱਦਮਾ ਦਰਜ ਕੀਤਾ ਸੀਗਾ 79/379 PIPC ਅਤੇ ਉਹਦੇ ਵਿੱਚ ਅੱਜ SI ਕੁਲਦੀਪ ਸਿੰਘ ਨੇ ਦੋਨੇ ਮੁਲਜ਼ਮਾਂ ਨੂੰ ਫੜ ਲਿਆ। ਬਿਕਰਮਜੀਤ ਸਿੰਘ ਹੈ ਅਤੇ ਅਜੇਪਾਲ ਸਿੰਘ ਹੈ ਰਾਮਨਗਰ ਗੋਬਿੰਦਗੜ੍ਹ ਦੇ ਨੇ। ਉਹਨਾਂ ਨੂੰ ਫੜ ਕੇ ਵਾਰਦਾਤ 'ਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਅਤੇ ਜਿਹੜੀ ਉਹਨਾਂ ਚੈਨੀ ਕੋਈ ਸੀ ਉਹ ਵੀ ਬਰਾਮਦ ਕਰ ਲਈ ਹੈ ਅਤੇ ਅੱਜ ਆਫਟਰਨੂਨ ਦੀ ਗ੍ਰਿਫਤਾਰੀ ਪੈ ਗਈ ਅਤੇ ਤਫਤੀਸ਼ ਜਾਰੀ ਹੈ। ਸ਼ਾਇਦ ਜੋ ਹੋਰ ਕੋਈ ਗੱਲਬਾਤ ਸਾਹਮਣੇ ਆਈ ਹੈਗੀ ਆ ਉਹ ਵੀ ਫਿਰ ਬਾਅਦ 'ਚ ਦੱਸੀ ਜਾਏਗੀ।